ਅਸਲਾਮ ਵਾਲੇਕੁਮ ਬਲੀਓ ਕੀ ਹਾਲ ਚਾਲ ਹੈ ਖੈਰ ਖਰੀਤ ਨਾਲ ਲਗੀ ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਹੋਣਗੇ ਦੋਸਤੋ ਅੱਜ ਦੀ ਵੀਡੀਓ ਬੜੀਏ ਖਾਸ ਵੀਡੀਓ ਹੈ ਪਾਕਿਸਤਾਨ ਦੇ ਵਿੱਚ ਤੁਸੀਂ ਨੀਜ਼ਾ ਬਾਜ਼ੀਆਂ ਵੇਖੀਆਂ ਨੇ ਔਰ ਕੁਝ ਅਰਸੇ ਤੋਂ ਨੀਜ਼ਾ ਬਾਜ਼ੀਆਂ ਸ਼ੁਰੂ ਹੋਈਆਂ ਨੇ ਯੂਕੇ ਔਰ ਕੈਨੇਡਾ ਦੇ ਵਿੱਚ ਤੇ ਜਨਾਬ ਅੱਜ ਅਸੀਂ ਚੇਲੀਆਂ ਵਾਲੇ ਦੇ ਵਿੱਚ ਆਏ ਆਂ ਔਰ ਅੱਜ ਦੀ ਸਾਡੀ ਲੀਡ ਨੇ ਭਾਈ ਸਰਫਰਾਜ਼ ਮਹਿਦੀ ਸਾਹਿਬ ਮਹਿਦੀ ਗੁਜਰ ਸਾਹਿਬ ਭਾਈ ਖੁਦਾ ਯਾਰ ਵੈਦੀ ਗੁਜਰ ਉਹਨਾਂ ਦੇ ਭਾਈ ਔਰ ਉਹ ਸਾਨੂੰ ਭਾਈ ਉਮਰ ਰਜ਼ਾ ਗੁਜਰ ਉਹਨਾਂ ਦੇ ਡੇਰੇ ਤੇ ਲੈ ਕੇ ਆਏ ਨੇ ਜਿਨ੍ਹਾਂ ਕੈਨੇਡਾ ਔਰ ਯੂਕੇ ਦੇ ਵਿੱਚ ਨਜ਼ਾਬਾਜ਼ੀਆਂ ਸ਼ੁਰੂ ਕੀਤੀਆਂ ਨੇ ਔਰ ਸਾਡੀ ਦੇਸੀ ਨਜ਼ਾਬਾਜ਼ੀ ਦੇਸੀ ਅੰਦਾਜ਼ ਦੇ ਨਾਲ ਉਹਨਾਂ ਉੱਥੇ ਸ਼ੁਰੂ ਕੀਤੀ ਉਹਨਾਂ ਕਿਵੇਂ ਸ਼ੁਰੂ ਕੀਤੀ ਹੈ ਇੱਥੇ ਕੀ ਸ਼ੌਕ ਕਰਦੇ ਪਏ ਨੇ ਕਿੰਨੀਆਂ ਮੁਸ਼ਕਿਲਾਂ ਆਈਆਂ ਉੱਥੇ ਉਹਨਾਂ ਕਿੰਨੇ ਜਾਨਵਰ ਰੱਖੇ ਹੋਏ ਨੇ ਸਾਰੇ ਮਾਮਲੇ ਤੁਹਾਡੇ ਨਾਲ ਡਿਟੇਲ ਦੇ ਨਾਲ ਸ਼ੇਅਰ ਕਰਦੇ ਆਂ ਤੇ ਭਾਈ ਉਮਰ ਰਜ਼ਾ ਨੂੰ ਮਿਲਦੇ ਆਂ ਤੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਆਓ ਜੀ ماشاءاللہ اتھے بھی شوق اچھا ਕੀਤਾ ਹੋਇਆ ਨਾ ਜਿਵੇਂ ਕਿ ਅੱਗੇ ਦੋਸਤਾਂ ਨੂੰ ਮੈਂ ਤਾਰिफ ਕਰਾ ਚੁੱਕਿਆ ਹਾਂ ਭਾਈ ਉਮਰ ਰਜ਼ਾ ਗੁੱਜਰ ਸਾਹਿਬ ਦਾ ਪਾਕਿਸਤਾਨ ਦੇ ਵਿੱਚ ਸ਼ੌਕ ਅਰੂਜ ਤੇ ਹੈ ਇਸ ਟਾਈਮ ਗਰਾਊਂਡਾਂ ਦੀ ਕੰਡੀਸ਼ਨ ਇਹ ਹੈ ਵੀ davti ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ ਓਪਨ ਅਗਰ ਮੇਲਾ ਰੱਖਣ ਤਾਂ ਸ਼ਾਇਦ ਅਗਰ 1 ਹਫ਼ਤੇ ਦਾ ਮੇਲਾ ਹੋਵੇ ਤਾਂ ਫਿਰ ਜਾ ਕੇ ਟੀਮਾਂ ਕਲੀਅਰ ਹੋਣ ਆ ਮੁਸ਼ਕਲ ਹੋ ਗਈ ਹੈ ਮੇਲਿਆਂ ਵਾਲਿਆਂ ਵਾਸਤੇ ਸ਼ੌਕ ਇੰਨਾ ਵਧ ਗਿਆ ਔਰ ਇਹ ਸ਼ੌਕ ਪਾਕਿਸਤਾਨ ਤੋਂ ਨਿਕਲ ਕੇ ਯੂਕੇ ਔਰ ਕੈਨੇਡਾ ਦੇ ਵਿੱਚ ਚਲਾ ਗਿਆ ਹੈ ਉਮਰ ਕੋ ਔਰ ਭਾਈ ਉਮਰ ਰਜ਼ਾ ਦਾਉਦ ਵਿੱਚ ਮਾਸ਼ਾਅੱਲਾ ਬੜਾ ਅੱਛਾ ਕਿਰਦਾਰ ਹੈ ਅਸਲਾਮੁਅਲੈਕੁਮ ਭਾਈ ਉਮਰ ਅਸਲਾਮੁਅਲੈਕੁਮ ਜਨਾਬ ਕੀ ਹਾਲ ਹੈ ਠੀਕ ਠਾਕ ਭਾਈ ਬਖਰੀਦ ਨਾਲ ਅ ਇੱਥੇ ਸ਼ੌਕ ਤਾਂ ਚੱਲ ਰਿਹਾ ਸੀ ਜੀ ਜੀ ਠੀਕ ਹੈ ਜੀ ਰੋਜ਼ਗਾਰ ਦੇ ਸਿਲਸਿਲੇ 'ਚ ਜ਼ਾਹਰੀ ਗੱਲ ਹੈ ਤੁਸੀਂ ਬਾਹਰ ਮੁਕੀਮ ਆਇਆ ਸੀ ਤੇ ਕਿਵੇਂ ਖਿਆਲ ਆਇਆ ਵੀ ਇੱਥੇ ਵੀ ਦੇਸੀ ਨਜ਼ਾਬਾਜ਼ੀ ਤੇ ਉਹ ਹੀ ਪੁਰਾਣਾ ਜਿਹੜਾ ਮਕਾਮੀ ਸਟਾਈਲ ਹੈ ਕੁੱਲੇ ਤੇ ਜਨਾਬ ਉਹ ਕਿਵੇਂ ਖਿਆਲ ਆਇਆ ਤੁਹਾਨੂੰ ਇਹ ਜੀ ਅਸੀਂ ਇੰਗਲੈਂਡ ਵਿੱਚ ਰਹਿੰਦੇ ਮਹਾਂ ਤੇ ਭਾਈ ਜਾਨ ਤੇ ਉੱਥੇ ਰਾਜਾ ਅਰਸ਼ਾ ਸਾਹਿਬ ਨੇ ਜੀ اچھا ਤੇ ਆਜ਼ਾਦ ਕਸ਼ਮੀਰ ਦਾ ਤਲਾ ਕਿਉਂ ਨਾ ਦਾ اچھا ਉਹਨਾਂ ਨੇ ਉੱਥੇ ਨਿਜ਼ਾਬਾਜ਼ੀ ਸ਼ੁਰੂ ਕਰਾਈ اچھا 2015 16 ਵਿੱਚ ਠੀਕ ਹੈ ਉੱਥੇ ਅਸੀਂ ਪਾਰਟਿਸਿਪੇਟ ਕੀਤਾ ਜੀ ਆਪਣਾ ਸ਼ਹੀਦ ਕਲੱਬ ਹੂੰ ਹੂੰ ਉੱਥੇ 2018 ਤੱਕ ਅਸੀਂ ਨਿਜ਼ਾਬਾਜ਼ੀ ਕਰਦੇ ਰਹੇ اچھا ਪਰ ਉੱਥੇ ਉਸ ਟਾਈਮ ਜਿਹੜੀ ਮੁਸ਼ਕਿਲਾਂ ਆਈਆਂ ਉਹ ਐ ਕਿ ਕੋੜੇ ਅਵੇਲੇਬਲ ਨਹੀਂ ਹੈ ਜੀ ਕੋੜੇ ਅਵੇਲੇਬਲ ਨਹੀਂ ਹੈ ਉਸ ਟਾਈਮ ਰੈਂਟ ਤੇ ਕੋੜੇ ਹੈ ਜੀ ਹਾਂ ਜੀ ਉਹ ਲੈ ਕੇ 2018 19 ਤੱਕ ਸਵਾਰ ਕਰਦੇ ਰਹੇ ਹੁਣ ਤੇ ਮਾਸ਼ਾਅੱਲਾ ਉੱਥੇ ਕਮਜ਼ ਕਮ ਕੁਝ 100 ਕੁ ਸੈਕਸ਼ਨ ਹੈ ਜਾਂ ਸਵਾਰ ਆਖ ਲੋ ਹਾਂ ਜੀ ਹੁਣ ਕੋੜੇ ਸਾਰਿਆਂ ਦੇ ਆਪਣੇ ਨਜ਼ਾਤੀ ਅੱਛਾ ਫਿਰ ਮੈਂ ਅਮਰੀਕਾ ਜਿਸ ਟਾਈਮ ਜੀ ਮੂਵ ਆਇਆ ਅੱਛਾ ਤੇ ਉੱਥੇ ਕੋਈ ਨਹੀਂ ਕੋਈ ਨਜ਼ਾਬਾਜ਼ੀ ਇੰਗਲਿਸ਼ ਨਜ਼ਾਬਾਜ਼ੀ ਹੀ ਜੀ ਹਾਂ ਜੀ ਦੇਸੀ ਨਹੀਂ ਹੈ ਹਾਂ ਜੀ ਤੁਸੀਂ ਫਿਰ ਆਖਿਆ ਕੁਝ ਸਾਥੀ ਚੰਦ ਨਾਰ ਰਲੇ ਹਾਂਜੀ ਜਿਹਦੇ ਚ ਆਪਣਾ ਚੋਰੀ ਹੁਸਨੈਨ ਸਾਹਿਬ ਨੇ ਚੰਡਾ ਲੈ ਦੂ ਅੱਛਾ ਰਾਜਾ ਫਰਾਹ ਸਾਹਿਬ ਨੇ ਜੀ ਪੁਰਾਨ ਦੀ ਅੱਛਾ ਅਸੀਂ ਮੀਟਿੰਗ ਕੀਤੀ ਕਿ ਇੱਥੇ ਵੀ ਕੋਈ ਦੇਸੀ ਨਿਜ਼ਾਬਾਜ਼ੀ ਕਰਾਈਏ ਹੋਣੀ ਚਾਹੀਦੀ ਜੀ ਅਸੀਂ ਵੀ ਫਿਰ ਉਹਨਾਂ ਨੂੰ ਵੇਖੀ ਰੈਂਟ ਦੇ ਘੋੜੇ ਲੈ ਅੱਛਾ ਪਹਿਲੇ ਸਾਲ ਅਸੀਂ ਨਿਜ਼ਾਬਾਜ਼ੀ ਕਰਾਈ ਤੇ ਉਸ ਤੋਂ ਬਾਅਦ ਆਨਵਰਡਸ ਉਹਨ ਘੋੜੇ ਸਾਡੇ ਆਪਣੇ ਨੇ ਜੀ ਉੱਥੇ ਇਸ ਟਾਈਮ ਕਾਵਸ ਕਮ ਪੰਜ ਛੇ ਸੈਕਸ਼ਨ ਦੇ ਘੋੜੇ ਆਪਣੇ ਨੇ ਅੱਛਾ ਮੇਰੇ ਕੋਲ ਵੀ ਇਸ ਟਾਈਮ ਜੀ ਚਾਰ ਘੋੜੇ ਨੇ ਅੱਛਾ ਮਾਸ਼ਾਅੱਲਾ ਤੇ ਨਿਜ਼ਾਬਾਜ਼ ਨੇ अच्छा ਤੇ ਇੰਜੇ ਦੂਸਰੇ ਪਾਈਆਂ ਕੋਲ ਵੀ ਜੀ ਦੇ ਵਿੱਚ ਅਮਜ਼ਾ ਬੁਖਾਰੀ ਸਾਹਿਬ ਨੇ ਅਸਨ ਸ਼ਾਹ ਦੇ ਛੋਟੇ ਭਾਈ ਹੂੰ ਉਹਨਾਂ ਕੋਲ ਆਪਣੇ ਚੰਡਾ ਦੇ ਉਹਨੇ ਰੱਖਿਆ ਨੇ ਜੀ ਉਹਨਾਂ ਕੋਲ ਵੀ ਸੈਕਸ਼ਨ ਹੈ ਬਰਸੇ ਆਲੇ ਨੇ ਜੀ ਉਹਨਾਂ ਕੋਲ ਵੀ ਇਸ ਤਰ੍ਹਾਂ ਹੂੰ ਆਮਦੇ ਸਾਲ ਸਾਢੇ 4 ਮੇਲੇ ਨੇ ਜੀ اچھا 4 ਮੇਲੇ ਸਟਾਰਟ ਹੋਣ ਲੱਗੇ ਜੀ 4 ਮੇਲੇ ਠੀਕ ਹੈ ਇਸ ਸਾਲ ਕੈਨੇਡਾ ਗਏ ਜੀ ਚਾਚੂ ਅਸ਼ਰਫ ਯਾਤ ਨੇ ਹਾਂ ਜੀ ਉਨਾ ਮੇਲਾ ਲਵਾਇਆ ਜੀ ਹਾਂ ਜੀ ਉੱਥੇ ਅਸੀਂ ਗਏ ਆ ਉੱਥੇ ਪਾਰਟਿਸਿਪੇਟ ਕੀਤਾ ਹੈ ਅੱਛਾ ਤੇ ਉੱਥੇ ਅਸੀਂ ਜੁੱਤੇ ਵੀ ਆ ਜੀ ਸਿੰਗਲ ਫਸਟ ਟਾਈਮ ਹੈ ਆਪ ਅੱਛਾ ਮਤਲਬ Winner ਵੀ ਆਇਆ ਤੁਸੀਂ ਮੇਰੇ ਜੀ ਉੱਥੇ ਵੀ ਤੇ ਇੰਗਲੈਂਡ ਵੀ 2018 ਦੇ ਅਸੀਂ ਸੈਕਸ਼ਨ ਤੇ ਪੇਰ ਦੇ ਵੀ ਸਾਡੀ ਸ਼ੈਂਕ ਕਲੱਬ ਦੀ ਹੈ ਜੀ ਅੱਛਾ ਠੀਕ ਸਭ ਤੋਂ ਪਹਿਲੇ ਜਿਹੜੀ ਤੁਹਾਨੂੰ ਮੁਸ਼ਕਲ ਪੇਸ਼ ਆਈ ਹੋਣੀ ਹੈ ਘੋੜਾ ਪਰਚੇਸ ਕਰਨਾ ਔਰ ਉੱਥੇ ਰੱਖਣਾ ਉਹ ਉਹ ਤਜਰਬਾ ਤੁਹਾਡਾ ਕਿਵੇਂ ਰਿਹਾ ਉੱਥੇ ताकि ਸਾਡੇ ਜਿਹੜੇ ਕੋਈ ਵੇਖਣ ਵਾਲੇ ਉੱਥੇ ਕੋਈ ਘੋੜਾ ਰੱਖਣਾ ਚਾ ਰਹੇ ਨੇ ਜਾਂ ਪਰਚੇਸ ਕਰਨਾ ਚਾ ਰਹੇ ਨੇ ਉਹਨਾਂ ਵਾਸਤੇ ਆਸਾਨੀ ਹੋ ਜਾਵੇ ਸਰ ਘੋੜੇ ਉੱਥੇ ਬਰੀਡਾਂ ਬਹੁਤ ਜ਼ਿਆਦਾ ਨੇ ਅੱਛਾ ਹਰ ਕੰਮ ਦੀ ਵੱਖਰੀ ਬਰੀਡ ਹੈ ਉਹਨਾਂ ਕੋਲ ਠੀਕ ਹੈ ਉਹਦੇ ਵਾਸਤੇ ਜਿਹੜੀ ਮੁਸ਼ਕਿਲਾਂ ਸਾਨੂੰ ਪੇਸ਼ ਆਈਆਂ ਆਈਆਂ ਉਹ ਆਇਆ ਕਿ ਘੋੜੇ ਤਿਆਰ ਕੋਈ ਨਹੀਂ ਜੀ ਉੱਥੇ ਤਿਆਰ ਕੋਈ ਨਹੀਂ ਹੈ ਰਾਈਡਿੰਗ ਵਾਲੇ ਆਏ ਨੇ ਨਿਜ਼ਾਬਾਸ ਘੋੜੇ ਤਿਆਰ ਕਰਨਾ ਉੱਥੇ ਬਹੁਤ ਮੁਸ਼ਕਲ ਉਹ ਨਵੇਂ ਸਿਰੇ ਤੋਂ ਕੰਮ ਉਹ ਨਵੇਂ ਸਿਰੇ ਤੋਂ ਜੀ ਉਹ ਅਸੀਂ ਫਿਰ ਆਪ ਹੀ ਕੋਈ ਤਰਕਤ ਕੀਤਾ ਜੀ ਅੱਛਾ ਤੇ ਬਾਕੀ ਰੱਖਣ ਦਾ ਜੇ ਆਪਣੀ ਉਥੇ ਜ਼ਮੀਨ ਨਹੀਂ ਤੁਹਾਡੇ ਕੋਲ ਹਮਮ ਤੇ ਬੋਰਡਿੰਗ ਫੈਸਿਲਿਟੀਆਂ ਨੇ ਤੇ ਉਹ ਇਤਨਾ ਕੁ ਕਰਾਇਆ ਕਰਦੇ ਨੇ ਇਸ ਵਜ੍ਹਾ ਤੋਂ ਕਾਫੀ ਸਾਥੀ ਨਹੀਂ ਰੱਖ ਸਕਦੇ ਨਹੀਂ ਅਫੋਰਡ ਨਹੀਂ ਕਰ ਸਕਦੇ ਆਪਣੀ ਜ਼ਮੀਨ ਹੋਵੇ ਤੇ আচ্ছা ਠੀਕ ਹੈ ਜੀ ਤੇ ਉਥੇ ਜਦੋਂ ਤੁਸੀਂ ਇਹ سلسلہ ਸ਼ੁਰੂ ਕੀਤਾ ਜਟਕਾ ਨਿظام ਖੁੱਲਾ ਪਾਇਆ ਬਾਸਕਟ ਪਾਈਏ ਬੋਸਕੀ ਪਾਈਏ ਲੱਠੇ ਦੀ ਸ਼ਲਵਾਰ ਹੈ ਠੀਕ ਹੈ ਸਾਂਗ ਫੜੀਏ ਉਹ ਗੋਰੇ ਕੀ ਇਹਨੂੰ ਫੀਲ ਕਰਦੇ ਸੀ ਸਾਰੇ ਮਾਮਲੇ ਗੋਰੇ ਜੀ ਉਹ ਉਹ ਆਉਂਦੇ ਸੀ ਮੇਲਿਆਂ ਦੇ ਵਿੱਚ ਜੀ ਬਿਲਕੁਲ ਆਉਂਦੇ ਨੇ ਸਾਨੂੰ ਬੜੀ سپورਟ ਵੀ ਕਰਦੇ ਨੇ ਅੱਛਾ ਤੇ ਐਕਸਾਈਟਿਡ ਵੀ ਜੀ ਬੜੇ ਹੁੰਦੇ ਨੇ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਹੈ ਜੀ ਨਵੀਂ ਚੀਜ਼ ਹੈ ਬਿਲਕੁਲ ਹਾਂ ਜੀ ਸਾਂਗ ਕੋੜਿਆਂ ਦੇ ਜ਼ੇਵਰ ਉਹ ਟੋਲ ਸ਼ੋਲ ਸਾਰਾ ਖੂਜ ਹਾਂ ਜੀ ਤੇ ਉਹ ਵੀ ਨਾ ਵਾਸਤੇ ਇਹ ਇੱਕ ਅਲੱਗ ਦਾ ਬੜੀ ਇੱਕ منفرد ਜੀ ਚੀਜ਼ ਹੈ منفرد ਜੀ ਚੀਜ਼ ਹੈ ਤੇ ਉਸ ਚੀਜ਼ ਨੂੰ ਬੜਾ ਅਪਰੀਸ਼ੀਏਟ ਵੀ ਕਰਦੇ ਨੇ ਹਾਂਜੀ ਤੇ ਸਾਡੇ ਮੇਲਿਆਂ ਵਿੱਚ ਜਿਹੜੇ ਕੋਈ ਮੇਲੇ ਹੁੰਦੇ ਗੋਰੇ ਸਾਡੇ ਨਾਲ ਉੱਥੇ ਹੁੰਦੇ ਜਿਹੜੇ ਉੱਥੇ ਲੋਕਲ ਰਾਈਡਰਸ ਨੇ ਹਾਂਜੀ ਜਿਹੜੇ ਇਸ ਚੀਜ਼ ਨਾਲ ਨਹੀਂ ਉਹਨਾਂ ਦਾ ਕੋਈ ਵੀ ਲੈਣਦੇ ਨੇ ਉਹ ਵੀ ਆ ਕੇ ਇਸ ਚੀਜ਼ ਨੂੰ ਬੜਾ سپورਟ ਕਰਦੇ ਨੇ ਜਿਵੇਂ ਕਰਦੇ ਨੇ ਉਹ سپورਟ ਕਰਦੇ ਨੇ ਸ਼ਾਹੀਨ ਕਲੱਬ ਉੱਥੇ ਵੀ ਦੌੜ ਰਿਹਾ ਹੈ ਅੱਛਾ ਲੋਕਾਂ ਨੇ ਆਪਣੇ ਆਪਣੇ ਕਲੱਬਾਂ ਦੇ ਨਾਂ ਉੱਥੇ ਵੀ ਹੋਣ ਰੱਖਣੇ ਸ਼ੁਰੂ ਕਰ ਦਿੱਤੇ ਨੇ ਜੀ ਨਹੀਂ ਸਭ ਤੋਂ ਪਹਿਲਾ ਕਲੱਬ ਜਿਹੜਾ ਉੱਥੇ ਦੌੜਿਆ ਨਾ ਜੀ ਸਾਰਿਆਂ ਨੇ ਜਿਹੜੇ ਆਪਣੇ ਕਲੱਬ ਉੱਥੇ ਦੇ ਬਣਾਏ ਨੇ ਇਲਾਕੇ ਦੇ ਅੱਛਾ ਅਸਾਂ ਸ਼ੇਨ ਨਹੀਂ ਰੱਖਿਆ ਜੀ ਅੱਛਾ ਤੁਸੀਂ ਆਲਰੇਡੀ ਸ਼ੇਨ ਦੇ ਵਿੱਚ ਦੌੜਦੇ ਜੀ ਅਸੀਂ ਇੰਗਲੈਂਡ ਵੀ ਸ਼ੇਨ ਵਿੱਚ ਤੇ ਅਮਰੀਕਾ ਵੀ ਸ਼ੇਨ ਵਿੱਚ ਜੀ ਠੀਕ ਹੈ ਹੁਣ ਜਿਹੜੇ ਘੋੜੇ ਤੁਸੀਂ ਉੱਥੇ ਰੱਖੇ ਨੇ ਉਹ ਕਿਹੜੀ ਬਲੱਡ ਲਾਈਨਾਂ ਦੇ ਨੇ ਮੇਰੇ ਕੋਲ ਜੀ ਦੋ ਐਨੇ ਕੁਆਟਰ ਨੇ ਅੱਛਾ ਅ ਇੱਕ ਸੈਡਲ ਬਰੈਡ ਹੈ ਜੀ ਹਾਂ ਤੇ ਐਕਸ ਬਣੇ ਚਾਰ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਬੱਕਿਆਂ ਦਾ ਘੋੜਾ ਸਾਨੂੰ ਉੱਥੇ ਲੱਗ ਜੀ ਹਾਂ ਉਹ ਫਿਰ ਇਹ ਜਵਾਨੀ ਨਾ ਸਕਦਾ ਜੀ ਕਰੰਟ ਸ਼ਰਾਂਚ ਚੈੱਕ ਕਰਦੇ ਹੋ ਘੋੜਿਆਂ ਦੇ ਉੱਥੇ ਇਹ ਕੋਈ ਨਹੀਂ ਕਰਦੇ ਤੁਸੀਂ ਬੜੇ ਉਸ ਸਾਰੇ ਦਿਹਾੜੀ ਕੰਮ ਹੀ ਜਿਆ ਹੈ ਅੱਛਾ ਮਾਸ਼ਾਅੱਲਾ ਤੇ ਅੱਗੇ ਦਾ ਹੁਣ ਕੀ ਪਲਾਨ ਹੈ ਉੱਥੇ ਨਿਜ਼ਾਬਾਦੀ ਨੂੰ ਅੱਗੇ ਕਿਵੇਂ ਵੰਦੇ ਪਿਆ ਤੁਸੀਂ ਨਿਜ਼ਾਬਾਦੀ ਜੀ ਅਜੇ ਅਮਰੀਕਾ ਬਹੁਤ ਵੱਡਾ ਮੁਲਕ ਹੈ हां जी 50 स्टेटਾਂ ਨੇ ਤੇ ਹਰ ਇੱਕ ਸਟੇਟ ਇੱਕ ਮੁਲਕ ਜਿੱਦੀ ਵੱਡੀ ਬਿਲਕੁਲ ਇਸ ਤਰ੍ਹਾਂ ਹੀ ਤੋਂ ਵਰਕ ਤੇ ਕਰਨੇ ਆ ਜੀ ਕੰਮ ਉਸ ਕੰਮ 8-10 ਸਟੇਟਾਂ ਤੱਕ ਸਾਡੇ ਸ਼ਕੀਨ ਪਰ ਆਏ ਨੇ ਜੀ ਉਹ ਆਪਣੇ ਤੌਰ ਦੇ ਵਰਕ ਆਊਟ ਤੇ ਕਰਦੇ ਨੇ हां जी ਤੇ ਸਲੋਲੀ ਹੋਵੇ ਦਾ ਇੰਗਲੈਂਡ ਤੇ ਛੋਟਾ ਜਿਹਾ ਮੁਲਕ ਹੈ हां जी ਉਂਝਾਰ ਨਹੀਂ ਹੋਵੇ ਤਾਂ ਬਹਰ ਮੈਂ ਆਖਣਾ ਕਿ ਚਾਰ ਮੇਰੇ ਇੱਕ ਮੁਲਕ ਅਮਰੀਕਾ ਦੇ ਮੁਲਕ ਵਿੱਚ ਲੱਗ ਜਾਂਦਾ हां जी ਤੇ ਇਹ ਬੜੀ ਵੱਡੀ ਅਚੀਵਮੈਂਟ ਹੈ ਜੀ ਨਹੀਂ ਤੇ ਇਸ ਨੂੰ ਵਿੰਦੇ ਪਿਆ ਕੋਈ ਇਹ ਉਹਨਾਂ ਮੁਲਕਾਂ ਦੀ ਨੈਸ਼ਨਲ ਗੇਮ ਦੇ ਵਿੱਚ ਸ਼ਾਮਲ ਹੋ ਜਾਏਗੀ ਜਿਵੇਂ ਕਿ ਤੁਸੀਂ ਉੱਥੇ ਮੇਲੇ ਜਿਹਾ ਇਵੈਂਟ ਕਰਵਾਉਣਾ ਜੀ ਬਿਲਕੁਲ ਅਸੀਂ ਫੈਡਰੇਸ਼ਨ ਰਜਿਸਟਰਡ ਕਰਾਈ ਹੈ ਜੀ ਅੱਛਾ ਹੋ ਚੁੱਕੀ ਹੋਈ ਹੈ ਹੋ ਚੁੱਕੀ ਹੈ ਜੀ ਠੀਕ ਹੈ ਅ ਅਮਰੀਕਾ ਵਿੱਚ ਦੋ ਫੈਡਰੇਸ਼ਨਾਂ ਨੇ ਇੱਕ ਇੰਟਰਨੈਸ਼ਨਲ ਦੀ ਹੈ ਜੀ ਹਮ ਹਮ ਇੱਕ ਸਾਡੀ ਦੇਸੀ ਨਜ਼ਾਬਾਜ਼ੀ ਦੀ ਹੈ ਹਮ ਹਮ ਇਹ ਜੀ ਅਸੀਂ ਹੁਣ ਲੈ ਕੇ ਚੱਲ ਰਹੇ ਹਾਂ ਇਨਸ਼ਾਅੱਲਾ ਜੇ ਅੱਲਾ ਨੇ ਚਾਹਿਆ ਹਮ ਹਮ ਤੇ ਆਮਨੇ ਵਾਲੇ ਸਾਲਾਂ ਵਿੱਚ ਅਸੀਂ ਪਾਰਟਿਸਪੇਟ ਹੁੰਨਾ ਦੀ ਨੈਸ਼ਨਲ ਜਿਹੜੇ ਰੋਡਿਓਜ਼ ਵਗੈਰਾ ਉਹਨਾਂ ਦੇ ਹੁੰਦੇ ਨੇ ਉਹਨਾਂ ਵਿੱਚ ਅਸੀਂ ਪਾਰਟਿਸਪੇਟ ਹੈ ਮਾਸ਼ਾਅੱਲਾ ਇੱਥੇ ਵੀ ਬੜਾ ਅੱਛਾ ਇੱਕ ਫੈਡਰੇਸ਼ਨ ਬਣੀ ਔਰ ਨੇਜ਼ਾਬਾਜ਼ੀ ਦਾ ਵਰਲਡ ਕੱਪ ਵੀ ਹੋਣ ਜਾ ਰਿਹਾ ਹੈ ਇੱਥੇ ਜਮਨਾਬਾਦ ਜੀ ਬਿਲਕੁਲ ਸਰਦਾਰ ਜ਼ਾਦਾ ਹੁਸੈਨ ਬਾਦਸ਼ਾਹ ਸਾਹਿਬ ਮਿਹਨਤ ਕਰਦੇ ਪਏ ਨੇ ਅੱਲਾਹ ਕਰੇ ਹੋਏਗਾ ਅੱਛਾ ਹੁਣ ਇੱਥੇ ਕੀ ਕੀ ਤੁਸੀਂ ਸ਼ੌਕ ਕੀਤਾ ਹੋਇਆ ਓਏ ਪਾਕਿਸਤਾਨ ਤੁਸੀਂ ਕਿੰਨਾ ਹੁੰਦੇ ਹੋ ਤੁਸੀਂ ਬਾਹਰ ਕਿੰਨਾ ਹੁੰਦੇ ਹੋ ਪਾਕਿਸਤਾਨ ਜੀ ਸੀਜ਼ਨ ਵਿੱਚ ਹੀ ਆਵੀਦਾ ਹੈ ਅੱਛਾ ਮੇਰੇ ਬਜ਼ੁਰਗਾਂ ਦੀ ਵਜ੍ਹਾ ਤੋਂ ਹੀ ਜੀ ਸਾਰਾ ਕੁਝ ਸ਼ੌਕ ਹੈ ਹਾਂ ਜੀ ਇਹ ਤੇ ਸੀਜ਼ਨ ਦੇ ਸੀਜ਼ਨ ਦੀ ਆਵੀਦਾ ਅੱਛਾ ਤੇ ਉਹ ਫਿਰ ਸੀਜ਼ਨ ਵਿੱਚ ਜਿਹੜਾ ਕੋਈ ਸੀਜ਼ਨ 2-4 ਮਹੀਨੇ ਹਾਂ ਜੀ ਇਤਨੀ ਹੁਸਤੇ ਹੁੰਦੀ ਤੇ ਆਵੀਦਾ ਵੀ ਇਸੇ ਕੰਮ ਵਾਸਤੇ ਆਵੀਦਾ ਵੀ ਇਸੇ ਕੰਮ ਵਾਸਤੇ ਮਾਸ਼ਾਅੱਲਾ ਹੁਣ ਇੱਥੇ ਜਨਾਬ ਕੋ ਕਿਤਨੇ ਜਾਨਵਰ ਨੇ ਇੱਥੇ ਜੀ ਇਹ 4 ਘੋੜੇ ਨੇ 4 ਘੋੜੇ ਨੇ ਵਖਾਓ ਸਾਨੂੰ ਜਰਾ ਜਵੇਰ ਘੋੜਾ ਖੋਲੋ ਇੱਕ ਇੱਕ ਕਰਕੇ ਜੀ ਐਸ ਘੋੜੇ ਬਾਰੇ ਦੱਸੋ ਜੀ ਇਹ ਜੀ ਮਿਕਸ ਘੋੜਾ ਹੈ ਮਿਕਸ ਹੈ ਜੀ ਵਲੈਤੀ ਦੇਸੀ ਮਿਕਸ ਜੀ ਵਲੈਤੀ ਦੇਸੀ ਮਿਕਸ ਹੈ ਅੱਛਾ ਇਹ ਜੀ ਆਇਆ ਕੋਈ ਮੀਨਾ ਡੇੜੀ ਹੋਇਆ ਸਾਡੇ ਕੋਲ ਗਿਫਟ ਆਇਆ ਜੀ ਠੀਕ ਹੈ ਇੱਕ ਭਾਈ ਨੇ ਉਹਨਾਂ ਨੂੰ ਗਿਫਟ ਦੇਇਆ ਘਟੋੜਿਆ ਜੀ ਉਮਰ ਕਿਤਨੀ ਹੈ ਦੀ ਇਹਦੀ ਉਮਰ ਹੈ ਕੋਈ 7 ਕੁ ਸਾਲ ਹੈ ਨਜ਼ਾਬਾਦੀ ਵੀ ਕਰਦਾ ਜੀ ਨਜ਼ਾਬਾਦੀ ਇਹ ਅੱਛੀ ਨਜ਼ਾਬਾਦੀ ਕਰਦਾ ਤੁਸੀਂ ਦੇਸੀਆਂ ਤੇ ਵੀ ਕਰਦੇ ਪਿਆ ਉਹਨਾਂ ਘੋੜਿਆਂ ਤੇ ਵੀ ਕਰਦੇ ਪਿਆ ਤੇ ਘੋੜਿਆਂ ਦੇ ਵਿੱਚ ਕਿੰਨਾ ਫਰਕ ਹੈ ਵਲੈਤੀ ਤੇ ਵੀ ਕਰ ਲਈਏ ਮਿਕਸ ਤੇ ਵੀ ਕਰ ਲਈਏ ਦੇਸੀ ਤੇ ਵੀ ਕਰ ਲਈਏ ਜਿਹੜੀ ਵਲੈਤੀ ਦੀ ਨਜ਼ਾਬਾਦੀ ਹੈ ਤਾਂ ਹਾਂ ਜੀ ਕਿਆ ਬਾਤ ਹੈ अच्छा पट्टी ਜਿਹੜੀ ਕਾਟ ਕੇ ਦੱਸਣੀ ਹੈ ਉਹ ਉਹਨਾਂ ਨੇ ਕਾਟ ਕੇ ਦੱਸਣੀ ਉਹਨਾਂ ਪਿੱਛੇ ਪੱਟੀ ਕੱਢਣਾ ਬਸ اچھا ਜੀ ਇਹ ਇਹ ਅੱਜ ਨਵਾਂ ਇੱਕ ਤਜਰਬਾ ਤੁਸੀਂ ਸਾਨੂੰ ਦੱਸਦੇ ਪਏ ਹੋ ਜੀ ਕੁਆਟਰ ਆਰਸੇ ਜਿਹੜਾ ਅਮਰੀਕਾ ਦਾ ਹੂੰ ਹੂੰ ਉਹਦੇ ਪਿੱਛੇ ਪੱਟੀ ਬਾਸੇ ਜੀ اچھا ਤੇ ਇਸ ਘੋੜੇ ਦੀ ਕੀ ਤਾਰੀਫ ਹੈ ਜੀ 5 ਕਿਲੋ ਆਂਡ ਇਹ ਜੀ ਘੋੜਾ ਇੱਕ ਦੋਸਤ ਕੋਲੇ ਆ ਜੀ ਉਹ ਆਇਆ ਹੈ ਜੀ ਅਸਾਂ ਨਾ ਪਜਾਇਆ ਹਾਂ ਹਾਂ ਅਜੇ ਸਿਰਫ 2-3 ਬਰੀ ਚੜੇ ਆ ਜੀ اچھا ਨੇਜ਼ਾਬਾਦ ਘੋੜਾ ਜੀ ਪੂਰਾ ਹੈ ਵੀ ਬਿਹਤਰ ਹੈ ਜੀ ਮਾਸ਼ਾਅੱਲਾ ਉਮਰ ਕਿਤਨੀ ਹੈ ਕਿ ਘੋੜੇ ਦੀ ਉਮਰ ਇਹਦੀ ਹੈ ਜੀ ਇਹਦੀ ਵੀ ਕੁਛ 6-7 ਸਾਲ ਉਮਰ 6-7 ਸਾਲ ਨੁਕਰਾ ਮਾਸ਼ਾਅੱਲਾ ਇਹ ਨੁਕਰਾ ਘੋੜਾ ਜੀ ਉਸਾਮਾ ਵਾਹਨ ਦੀ ਜੀ اٹਕਾ ਦਾ ਅੱਛਾ ਉਹਨਾਂ ਕੋਲੋਂ ਲਿਆ ਜੀ ਠੀਕ ਹੈ ਤੇ ਗੇਲਡਿੰਗ ਹੈ ਹੂੰ ਤੇ ਇਹ ਦੱਸ ਦੋ ਤਾਂ ਬਹਰਲ ਸਾਢੇ ਸਾਰੇ ਘੋੜੇ ਸਪੀਡਰ ਇਹ ਘੋੜਾ ਜੀ ਅੱਛਾ ਤੇਜ਼ ਘੋੜਾ ਤੇਜ਼ ਘੋੜਾ ਜੀ ਸਭ ਜ਼ਿਆਦਾ ਮੈਂ ਜ਼ਿਆਦਾ ਜਿਹੜੀ ਨਿਜ਼ਾਬਾਜ਼ੀ ਸੇ ਦੇ ਕਰਨਾ ਜੀ ਹੂੰ ਹੂੰ ਤੇ ਬਹੁਤ ਅੱਛਾ ਘੋੜਾ ਹੈ ਜੀ ਮਾਸ਼ਾਅੱਲਾ ਜੀ ਕੋਕੈਨ ਆਈਦਾ ਅੱਛਾ ਕੋਕੈਨ ਘੋੜਾ ਜੀ ਠੀਕ ਹੈ ਇਹ ਕੋਕੈਨ ਹੈ ਜੀ ਹੈ ਵੀ ਕੋਕੈਨ ਤੁਹਾਡੇ ਵਾਸਤੇ ਕੋਕੈਨ ਸਾਬਤ ਹੁੰਦਾ ਜੀ ਕੋਕੈਨ ਹੀ ਸਾਬਤ ਹੁੰਦਾ ਜੀ ਮੇਰਾ ਨਸ਼ਾ ਜੀ ਇਹ ਕੀ ਇਹ ਕੋ ਵੀ ਕੀ ਹੈ ਕੋਕੈਨ ਜਿਹਦਾ ਨਾਮ ਰੱਖੋ ਕੋਕੈਨ ਰੱਖਿਆ ਕੋਕੈਨ ਤਾਂ ਨਾ ਰੱਖਿਆ ਜੀ ਇਹ ਬਾਇਵਸਾਮਾ ਵਾਂ ਨਹੀਂ ਰੱਖਿਆ ਆ ਅੱਛਾ ਇਹ ਸਰ ਬਹੁਤ ਸਪੀਡ ਇਸ ਘੋੜੇ ਦੀ ਅੱਛਾ ਇਹਨੂੰ ਸ਼ਿਕਾਰੀ ਜਾਣਦੇ ਨੇ ਇਸ ਘੋੜੇ ਨੂੰ ਜਾਣਦੇ ਨੇ ਜੀ ਅੱਛਾ ਇਹ ਬੜਾ ਨਾਮ ਵਾਲਾ ਹੈ ਬੜਾ ਨਾਮ ਵਾਲਾ ਜੀ ਚਲੋ ਮਾਸ਼ੱਲਾ ਮੁਸ਼ਕਾ ਘੋੜਾ ਜੀ ਇਹ ਜੀ ਇਸ ਦਾ ਨਾਮ ਰੈਬਰ ਹੈ ਅੱਛਾ ਤੇ ਮਿਕਸ ਘੋੜਾ ਹੈ ਵੀ ਜੀ ਹਮ ਹਮ ਤੇ ਇਹ ਬਛੇਰਾ ਆ ਉਸ ਟਾਈਮ ਅਸਲੇ ਆਉਂਦੇ ਜੀ ਹੁਣ ਕਮਜ਼ ਕਮ ਪੰਜ ਕਰਲੋ 6 ਸਾਲ ਉਮਰ ਹੈ ਦੀ ਹਮ ਹਮ ਇਸ ਘੋੜੇ ਦਾ ਮੈਂ ਇੰਟਰਨੈਸ਼ਨਲ ਕਰਨਾ ਜੀ ਇੱਥੇ ਜਾ ਦੋਵਾ ਸੁਲਤਾਨ ਬਾਉ ਵਾਲਿਆਂ ਦੀ ਨਜ਼ੀਬਾਜ਼ੀ ਹਾਂ ਜੀ ਉਹ ਇਸ ਦੇ ਹੁੰਦੀ ਹੈ ਜੀ ਇਹਦਾ ਕੀ ਨਾਮ ਰੱਖਿਆ ਹੈ ਰੈਬਰ ਡ੍ਰਾਈਵਰ ਘੋੜਾ ਜੀ ਠੀਕ ਇਹ ਸਾਡਾ ਮਿਕਸ ਘੋੜਾ ਜੀ ਮਾਸ਼ਾਅੱਲਾ ਜੀ ਬੜਾ ਅੱਛਾ ਸ਼ੌਕ ਹੈ ਤੁਹਾਡਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਸ਼ੌਕ ਉੱਥੇ ਕਰ ਰਹੇ ਹੋ ਉਹ ਜਿੱਥੇ ਕਿ ਰਹਿਣਾ ਲੋਕਾਂ ਵਾਸਤੇ ਮੁਸ਼ਕਲ ਹੈ ਆਪਣਣਾ ਮੁਸ਼ਕਲ ਹੈ ਤੁਸੀਂ ਮਾਸ਼ਾਅੱਲਾ ਉੱਥੇ ਸ਼ੌਕ ਵੀ ਕਰ ਰਹੇ ਹੋ ਨਿਜ਼ਾਬਾਦੀਆਂ ਵੀ ਕਰ ਰਹੇ ਹੋ ਉੱਥੇ ਵਾਲੇ ਬੰਦੇ ਵਾਸਤੇ ਅਗਰ ਕੋਈ ਬੰਦਾ ਸ਼ੌਕ ਕਰਨਾ ਚਾਹ ਰਿਹਾ ਕੋ ਮਸ਼ਵਰਾ ਦਿਓ ਸਰ ਅਗਲੀ ਗੱਲ ਹੈ ਵੀ ਕੋ ਆਸਾਨੀ ਉਹਦੇ ਵਾਸਤੇ ਕਿਵੇਂ ਪੈਦਾ ਹੋ ਸਕੇਗੀ ਉਹ ਕਿਵੇਂ ਪਾਰਟਿਸ ਸਰ ਬੈਸਟ ਉੱਥੇ ਹੈ ਕਿ ਉੱਥੇ ਲੱਗ ਹੁੰਦੀਆਂ ਨੇ ਆਕਸ਼ਨਸ ਹਮ ਹਮ ਤੇ ਆਕਸ਼ਨ ਵਿੱਚ ਜਾ ਕੇ ਤੁਸੀਂ ਕੋੜਾ ਖਰੀਦੋ ਮਹਿੰਗਾ ਸਸਤਾ ਘੋੜਾ ਸਸਤਾ ਲੱਭਦਾ ਜੀ ਅੱਛਾ ਉਹ ਫਿਰ ਡਿਪੈਂਡ ਹੈ ਤੁਸੀਂ ਕਿਸ ਤਰ੍ਹਾਂ ਦਾ ਘੋੜਾ ਲੈਣਾ ਹੈ ਠੀਕ ਹੈ ਸਸਤਾ ਘੋੜਾ ਲੱਭਦਾ ਜੀ ਇਤਨਾ ਮਹਿੰਗਾ ਨਹੀਂ ਹੁੰਦਾ ਹਮਮ ਠੀਕ ਹੈ ਉੱਥੇ ਉਥੋਂ ਘੋੜਾ ਲਓ ਹਮਮ ਬੋਰਡਿੰਗ ਫੈਸਿਲਿਟੀਆਂ ਬਣੀਆਂ ਨੇ ਜਿਹੜੀਆਂ ਜ਼ਿਆਦਾ ਟਾਪ ਨਾਚ ਫੈਸਿਲਿਟੀਆਂ ਨੇ ਉੱਥੇ ਨਾ ਜਾਓ ਹੂੰ ਹੂੰ ਜਿਹੜੀਆਂ ਕੋਈ ਨਾਰਮਲ ਫੈਸਿਲਿਟੀਆਂ ਨੇ ਉਹ ਵੀ ਬਹੁਤ achੀਆਂ ਨੇ ਅੱਛਾ ਉੱਥੇ ਤੁਸੀਂ ਆਪਣਾ ਘੋੜਾ ਰੱਖੋ ਇਤਨਾ ਮੁਸ਼ਕਿਲ ਕੰਮ ਨਹੀਂ ਬਹੁਤ ਇਜ਼ੀ ਕੰਮ ਹੈ ਜੀ ਅੱਛਾ ਉਹ ਇਹ ਤੇ ਟੇਕਰ ਉੱਥੇ ਹੈ ਨਹੀਂ ਨਾ ਜੀ ਉੱਥੇ ਘੋੜੇ ਖੁੱਲੇ ਫਿਰਦੇ ਨੇ ਹਾਂ ਤੁਸੀਂ ਸਿਰਫ ਫੀਡ ਦੇਣੀ ਹੈ ਤੇ ਆਪਣਾ ਫਿਰ ਜਿਹਨੂੰ ਸ਼ੌਕ ਹੈ ਉਸ ਕਰਨਾ ਹੈ ਜੀ ਬਿਲਕੁਲ ਐਸਾ ਬਹੁਤ ਇਜ਼ੀ ਕੰਮ ਹੈ ਜੀ ਉੱਥੇ ਇਹ ਪਿਛਾੜੀਆਂ ਉੱਥੇ ਵੀ ਘੋੜਿਆਂ ਨੂੰ ਪਾਉਂਦੇ ਨੇ ਜਾਂ ਕੋਈ ਨਹੀਂ ਪਾਉਂਦੇ ਨਹੀਂ ਜੀ ਉੱਥੇ ਘੋੜੇ ਸਾਰੇ ਖੁੱਲੇ ਹੁੰ ਆਜ਼ਾਦ ਇਹ ਜਿੰਨੇ ਏਰੀਆ ਚ ਹੈ ਕੋੜੇ ਨੇ ਨਾ ਹਾਂਜੀ ਇਤਨੇ ਏਰੀਆ ਇੱਕ ਕੋੜੇ ਵਾਸਤੇ ਹੁੰਦਾ ਹੈ ਇੱਕ ਜਾਂ ਦੋ ਠੀਕ ਹੈ ਜੀ ਹਾਂ ਉਹਦੇ ਵਿੱਚ ਇੱਕ ਬੇਲ ਹੁੰਦੀ ਹੈ ਸੁੱਕਾ ਕਾ ਜਿਹੜਾ ਹੁੰਦਾ ਹੈ ਉਹਦੀ ਬੇਲ ਹੁੰਦੀ ਹੈ ਪਾਣੀ ਵਾਲਾ ਟੱਬ ਪੇ ਆਉਂਦਾ ਹੈ ਉੱਥੇ ਉਹ ਹੀ ਖਾਣਾ ਉਹਨਾਂ ਨੇ ਉੱਥੇ ਰਹਿਣਾ ਖੁੱਲਾ ਫਿਰਨਾ ਤੇ ਕੋੜੇ ਪੰਜੀ ਪੰਜੀ ਸਾਲ ਦੇ ਜੇ ਵਰਕ ਵਿੱਚ ਨੇ ਉੱਥੇ ਸਿਰਫ ਇਹਨਾਂ ਚੀਜ਼ਾਂ ਦੀ ਵਜ੍ਹਾ ਨੂੰ ਜੀ ਯਾਰ ਮੈਂ ਜ਼ਹਿਰਤ ਵਾਲੀ ਗੱਲ ਹੈ ਭਈ ਇੱਕ ਤਜਰਬਾ ਜ਼ਾਤੀ ਤੌਰ ਤੇ ਹੈ ਵੀ ਸਹੀ ਜੀ ਹਾਂ ਪਤਾ ਵੀ ਹੈ ਲੇਕਿਨ ਫਿਰ ਵੀ ਬਣੀ ਹੋਈਆਂ ਸਰ ਬਣੀਆਂ ਇਸ ਵਜ੍ਹਾ ਤੋਂ ਹੋਈਆਂ ਨੇ ਕਿ ਕਿਉਂਕਿ ਵੇਖ ਰਿਹਾ ਹਰ ਚੀਜ਼ ਅਜੇ ਅੰਡਰ ਕੰਸਟਰਕਸ਼ਨ ਹੈ ਚਲੋ ਜੀ ਇਹ ਤੇ ਇੱਕ ਟਾਪਿਕ ਹੈ ਪੂਰੇ ਦਾ ਪੂਰਾ ਇਨਸ਼ਾਅੱਲਾ ਇਹ ਸਾਥ ਕਿਸੇ ਨਾਲ مشورہ ਇਸ ਬਾਰੇ ਕਰਾਂਗੇ ਅੱਗੇ ਵੀਡੀਓ ਜਿਹੜੀਆਂ ਲੱਗੀਆਂ ਹੋਈਆਂ ਤਾਂ ਹੈ ਨੇ ਲੇਕਿਨ ਇਹ ਜ਼ਾਤੀ ਤਜਰਬੇ ਨੇ ਇਹਨਾਂ ਦੇ ਭਈ ਉਹ ਖੁੱਲਾ ਘੋੜਾ ਔਰ ਬੱਦਾ ਘੋੜੇ ਦਾ ਫਰਕ ਹੈ ਇੱਕ ਹੋਰ ਹੈ ਸ਼ੈਅ ਬਲੱਡ ਲਾਈਨ ਦਾ ਵੀ ਇਸ਼ੂ ਹੋਏ ਕੋਈ ਛਗੀਰ ਬਾਈਕ ਹੋਰ ਹੈ ਜੀ ਇੱਥੇ ਘੋੜੇ ਯੂਜ਼ਡ ਹੋਣੇ ਚੀਜ਼ਾਂ ਨੇ ਹਾਂ ਇੱਥੇ ਜੇ ਅਸੀਂ ਖੁੱਲੇ ਛੱਡ ਕੇ ਵੇਖੇ ਨਹੀਂ ਰਹਿ ਸਕਦੇ ਨਹੀਂ ਰਹਿ ਸਕਦੇ ਉੱਥੇ ਭਾਵੇਂ ਸਟ੍ਰੇਲੀਅਨ ਹੈ ਭਾਵੇਂ ਗੈਲਰੀ ਹੈ ਜੀ ਉਹਨਾਂ ਨੂੰ ਖੁੱਲੇਆਂ ਛੱਡ ਦਿਓ ਉਹਨਾਂ ਨੇ ਰਹਿਣਾ ਪੜਨਾ ਬਿਲਕੁਲ ਜੀ ਲਓ ਜੀ ਬਹੁਤ ਸ਼ੁਕਰੀਆ ਜਨਾਬ ਦਾ ਟਾਈਮ ਨਿਵਾਇਤ ਕਰਨ ਦਾ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੈਣਾ ਇਹਦੇ ਨਾਲ ਭਾਈ ਉਮਰ ਰਜ਼ਾ ਔਰ ਛਗੀਰ ਅਬਾਸ ਸ਼ਬਾਸ ਸ਼ਾਹ ਸਾਹਿਬ ਨੂੰ ਦਿਓ ਜਜ਼ਾ Bravo